ਕਲਾਸਿਕ ਟਾਈਮ ਯੂਸਫ ਜੀ ਅਭੀ ਤੁਹਾਡੇ ਨਾਲ ਹੋ ਰਾਜਸੀ ਗੱਲ ਕੀਤੀ ਅੰਦਰ ਦੀ ਗੱਲ ਔਰ ਯਕੀਨ ਦੌਰ ਤੇ ਜਿੰਨੇ ਵੀ ਦੋਸਤ ਸੁਣਨ ਵਾਲੇ ਨੇ ਹਰ ਬੰਦੇ ਦੀ ਆਪਣੀ ਸੋਚ ਹੈ ਆਪਣਾ ਖਿਆਲ ਹੈ ਆਪਣਾ ਅੰਦਾਜ਼ ਹੈ ਉਹਨਾਂ ਦਾ ਸੋਚਣ ਦਾ ਔਰ ਹਰ ਬੰਦੇ ਨੂੰ ਆਜ਼ਾਦੀ ਹੈ ਸੋਚਣ ਦੀ ਕਿਸੇ ਤੇ ਕੋਈ ਵੀ ਰੋਕ ਨਹੀਂ ਲਾ ਸਕਦਾ ਖਾਸ ਕਰਕੇ ਤੁਹਾਡੇ ਖਿਆਲ ਤੇ ਤੁਹਾਡੇ ਜ਼ਿੰਦ ਦੇ ਉੱਤੇ ਕੋਈ ਵੀ ਬੰਨ ਨਹੀਂ ਪਾ ਸਕਦਾ ਹਾਂ ਇੱਕ ਸੂਰਤ ਵਿੱਚ ਜਿਨ੍ਹਾਂ ਨੂੰ ਇਲਮ ਵੰਡਣਾ ਚਾਹੀਦਾ ਹੈ ਗੱਲ ਦੱਸਣੀ ਚਾਹੀਦੀ ਹੈ ਖਾਸ ਕਰਕੇ ਉਹਨਾਂ ਦੇ ਉੱਤੇ ਇਹ ਫਰਾਈਜ਼ ਜਿਹੜੇ ਨੇ ਇਹਨਾਂ ਦਾ ਇਤਲਾਕ ਜਿਹੜਾ ਜ਼ਿਆਦਾ ਹੁੰਦਾ ਹੈ ਬਹੁਤ ਸਾਰੇ ਦੋਸਤਾਂ ਨੇ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਮੈਂ ਸਮਝਿਆ ਕਿ ਹਰ ਬੰਦੇ ਦੀ ਗੱਲ ਇੱਕ ਬਹੁਤ ਵਜ਼ਨ ਰੱਖਦੀ ਹੈ ਔਰ ਅਹਿਮੀਅਤ ਦੀ ਹਾਮਿਲ ਹੈ ਸਾਨੂੰ ਪਤਾ ਹੈ ਅਗਰ ਕਿ ਸਾਡੇ ਗਵਾਂਡ ਵਿੱਚ ਕੋਈ ਐਸਟਰਾ ਦਾ ਮਸਲਾ ਚੱਲ ਰਿਹਾ ਹੈ ਕਿ ਉਹ ਮੁਸ਼ਕਿਲ ਦਾ ਸ਼ਿਕਾਰ ਨੇ ਔਰ ਤੁਹਾਡੀ ਥੋੜੀ ਜੀ ਮਦਦ ਕਰਨ ਦੇ ਨਾਲ ਉਹਨਾਂ ਦੇ ਮਸਲੇ ਮਸਾਇਲ ਹੱਲ ਹੋ ਸਕਦੇ ਨੇ ਤੇ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜਿੰਨਾਂ ਤਾਂ ਸੋਚ ਆਂਦੀ ਹੈ ਨਾ ਸੋਚ ਅੰਦਰੋਂ ਆਂਦੀ ਹੈ ਸੋਚ ਦਾ ਮਤਲਬ ਹੈ ਕਿ ਤੁਹਾਡੇ ਅੰਦਰ ਦੀ ਗੱਲ ਕੁਝ ਹੋ ਗਈ ਅੰਦਰੋਂ ਤੁਹਾਨੂੰ ਇੰਡੀਕੇਸ਼ਨ ਹੋ ਗਈ ਇੰਡੀਕੇਟਰ ਮਿਲ ਗਿਆ ਤੁਹਾਨੂੰ ਕਿ ਫਲਾਂ ਜਗ੍ਹਾ ਤੇ ਕੋਈ ਵਿਗਾੜ ਹੈ ਉਹਦਾ ਤੁਸੀਂ ਹੱਲ ਕਰ ਸਕਦੇ ਹੋ ਜਿਸ ਤਰ੍ਹਾਂ ਬਾਜਵਾ ਸਾਹਿਬ ਨੇ ਗੱਲ ਕੀਤੀ ਵਟਸਐਪ ਨੇ ਗੱਲ ਕੀਤੀ ਤਿਗਤ ਨੇ ਗੱਲ ਕੀਤੀ ਉਹ ਸਾਰੇ ਦੋਸਤਾਂ ਨੇ ਨਾਈਟਨੇਮ ਹੀ ਕੀਤੀ ਯਾਰ शाल ने भी की सा बहुत सारे सुन वाले तकरीबन जिन्हें भी आए उन्होंने बहुत गुणी गल्तिया कोई आलम लोग जड़े जिन्होंने को अमानत इम और ऐसी कोई गल अंदरों तो इंडीकेट हो गई है कि गल ठीक नहीं है लेकिन वो लोगों तर नहीं पहुँचाते इस करके नहीं पहुँचाते कि उन्होंने हट्टी ना बंद हो जाए ਉਹਨਾਂ ਨੇ ਮੁਕੱਦਮ ਆਪਣੀ ਹੱਟੀ ਨੂੰ ਰੱਖਿਆ ਔਰ ਉਹਨਾਂ ਲੋਗਾਂ ਨੂੰ ਜਿਹੜਾ ਉਹਨਾਂ ਦੇ ਆਸਰੇ ਤੇ ਸਨ ਉਹਨਾਂ ਨੂੰ ਨੇਰੇ ਵਿੱਚ ਰੱਖਿਆ ਇਹ ਦਰਵੀ ਔਰ ਬਦਦਿਆਂਤੀ ਵੀ ਹੈ ਇੱਕ 우ਸਤਾਦ ਮੈਂ ਖਾਨ ਸਾਹਿਬਾਨੀ ਲਾ ਲੈਂਦਾ ਜਿਹੜੇ ਕਿ ਸਾਡੇ ਵਾਰਸ ਨੇ ਮਿਰਾਸ ਦੇ ਵਾਰਸ ਨੇ ਔਰ ਉਹਨਾਂ ਕੋਲ ਮوسیਕੀ ਦਾ ਬੜਾ खजाना है इल्म है लेकिन वो अपने शागिर्दा अगर अताई उन्होंने शागिर्द ने दूसरे ने तो उन्होंने ट्रांसफर नहीं करते सिर्फ एक क्योंकि मैं अपने कुछ चीज़ा मेरे मुशाहे चाहिए कुछ मैं वेख कुछ मैं सुन चुक कि असी इन्हों क्यों आया इलम दे और ਉਹਨਾਂ ਦੀ ਆਪਣੀ ਔਲਾਦ ਇਸ ਕਾਬਲ ਨਹੀਂ ਹੁੰਦੀ ਕਿ ਉਹਨੂੰ ਲੈ ਸਕੇ ਔਰ ਜਿਹੜੇ ਆਸ਼ਿਕ ਲੋਕ ਨੇ ਜਿਹੜੇ ਉਹਨਾਂ ਨੂੰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਉਹ ਦੇਣਾ ਨਹੀਂ ਚਾਹੁੰਦੇ ਇਹ ਬਧਾਂਤੀ ਹੈ ਉਹਨਾਂ ਨਾਲ ਲੈ ਕੇ ਟੁਰ ਗਏ ਉਹ ਇਲਮ ਜਿਹੜਾ ਹੈ ਉਹਨਾਂ ਵਾਸਤੇ ਕੋ ਭਲੇ ਦਾ ਪਾਇਸ ਨਹੀਂ ਹੋ ਸਕਦਾ ਭਲਾ ਉਹਦੇ ਹੀ ਹੋ ਸਕਦਾ ਜਦੋਂ ਭਲਾ ਸੋਚੀਏ ਐਸੇ ਤਰ੍ਹਾਂ ਬਹੁਤ ਸਾਰੇ ਦੋਸਤਾਂ ਨੇ मेडिकली वैक्सीनेशन दी गल की थी वैक्सीन जेडी ओ इजाद हुंदी है और उस वैक्सीन ਦੇ ਫਾਰਮੂਲੇ ਜਿਹੜੇ ਨੇ ਅਸੀਂ ਅੱਗੇ ਅਗਰ ਆਪਣੇ ਅਸਿਸਟੈਂਟ ਜਿਹੜੇ ਨੇ ਜਾਂ ਦੂਸਰੇ ਡਾਕਟਰਸ ਜਿਹੜੇ ਨੇ ਉਹਨਾਂ ਨੂੰ ਅਸੀਂ ਟ੍ਰਾਂਸਫਰ ਨਹੀਂ ਕਰਦੇ ਉਹਨਾਂ ਤੇ ਤਜਰਬਾਤ ਕਰਕੇ ਉਹਨਾਂ ਨੂੰ ਹੋਰ ਅੱਛਾ ਨਹੀਂ ਬਣਾਉਂਦੇ ਔਰ ਉਸ طرف ਆਪਣੇ ਕੋਲੀ ਰੱਖ ਲੈਣੇ ਆ ਵਿਪਦਾਂਤੀ ਹੈ ਦੁਨੀਆਂ ਚ ਬਹੁਤ ਤਰੱਕੀ ਹੋ ਰਹੀ ਹੈ ਬਹੁਤ ਅੱਛੇ ਲੋਕ ਨੇ ਬਹੁਤ ਲੋਕ ਭਲੇ ਦੇ ਲੋਕ ਨੇ ਪਰ ਜਿਹੜਾ ਕੁਦਰਤ ਦਾ ਕਾਨੂੰਨ ਹੈ ਬੈਲੈਂਸ ਚੱਲਦਾ ਹੈ ਇਹਦੇ ਵਿੱਚ ਅੱਛੇ ਔਰ ਮਾੜੇ ਲੋਕ ਤਮਾਮ ਇੱਕ ਤਵਾਜਨ ਹੁੰਦਾ ਹੈ ਪਰ ਅਸੀਂ ਉਸ ਸੋਚ ਦੀ ਬੁਨਿਆਦੀ ਤੌਰ ਤੇ ਅੱਜ ਕੱਲ ਕੀਤੀ ਜਿਹੜੀ ਕਿ ਸਾਨੂੰ ਪਤਾ ਹੁੰਦਾ ਹੈ ਕਿ ਇਹ ਲੋਕ ਭਲੇ ਦੀ ਗੱਲ ਹੈ ਅੱਛੇ ਗੱਲ ਹੈ ਲੇਕਿਨ ਅਸੀਂ ਕੁਝ ਆਪਣੇ ਮਫਾਦਤ ਚੰਦ ਮਫਾਦਤ ਔਰ ਛੁੱਟੀ ਅਨਾਂ ਦਾ ਕਰਕੇ ਉਹਨੂੰ ਸਾਹਮਣੇ ਨਹੀਂ ਲਿਆਉਂਦੇ ਦੇਸ਼ਾਂ ਦੇ ਵਿੱਚ ਮੁਲਕਾਂ ਦੇ ਦਰਮਿਆਨ ਲੜਾਈਆਂ ਹੁੰਦੀਆਂ ਨੇ ਕਿਤੇ ਕਬਾਈਲੇ ਲੜਾਈਆਂ ਹੁੰਦੀਆਂ ਨੇ ਕਿਤੇ ਕਤਲੇਆਮ ਹੋ ਰਿਹਾ ਹੈ ਕਿਤੇ ਕਹਿਤ ਪਰਿਆ ਲੇਕਿਨ ਯੂਨੋ ਜਿਹਨੂੰ ਕਿਹਾ ਜਾਂਦਾ ਸਰਪਰਾਹ ਨੇ ਪੂਰੀ ਦੁਨੀਆ ਦੇ ਕੌਮਾਂ ਦੀ ਨੁਮਾਇੰਦਾ ਉਹ ਵੀ ਬਹੁਤੀ امداد ਉੱਥੇ ਭੇਜਦੇ ਨੇ ਜਿਸ ਮੁਲਕ ਤੋਂ ਉਹਨਾਂ ਦੇ ਮਫਾਦਤ ਜੁੜੇ ਹੁੰਦੇ ਨੇ ਜਿੱਥੇ ਉਹਨਾਂ ਦੀ ਆਪਣੇ ਕੋਈ ਨਾ ਕੋਈ ਅੰਗਲੀ ਸਿੰਗਲੀ ਕਿਸੇ ਮਾਮਲੇ ਦੇ ਵਿੱਚ ਉਹਨਾਂ ਦੀ ਆਪਣੀ ਜਾਤੀ ਇਨਵੋਲਵਮੈਂਟ ਹੁੰਦੀ ਹੈ ਨਹੀਂ ਤੇ ਕੋਈ ਪੋਕਣਾ ਮਾਰ ਰਿਹਾ ਹੈ ਕੋਈ ਕਤਲ ਹੋ ਰਿਹਾ ਹੈ ਕਿਤੇ ਕੁਛ ਵੀ ਹੋ ਰਿਹਾ ਹੈ ਪਿਆ ਉਹ ਵੀ ਤਗੜੇ ਦਾ 720 ਮਾੜੇ ਦੇ ਉੱਤੇ ਜ਼ੁਲਮੀ ਕਰ ਰਿਹਾ ਹੈ ਔਰ ਉਹ ਹੀ ਤਗੜੇ ਜਿਹੜੇ ਨੇ ਉਹਦੇ ਨਾਲ ਵੀ ਖਲੋਤੇ ਹੋਏ ਨੇ ਕਿਉਂ ਜਿਨ੍ਹਾਂ ਚਿਰ ਅਸੀਂ ਜਾਤੀ ਮਫਾਦਤ ਤੋਂ ਉਤੇ ਨਹੀਂ ਹੁੰਦੇ ਨਾ ਤੇ ਲੋਕ ਭਲੇ ਦੀ ਗੱਲ ਹੋ ਸਕਦੀ ਔਰ ਨਾ ਹੀ ਆਪਣੇ ਭਲੇ ਦੀ ਗੱਲ ਹੋ ਸਕਦੀ ਇਹ ਬਿਲਕੁਲ ਖਾਮ ਖਿਆਲੀ ਔਰ ਗਲਤਫਹਮੀ ਹੈ ਕਿ ਅਸੀਂ ਜ਼ਾਤੀ ਤੌਰ ਤੇ ਕਿਸੇ ਨੂੰ ਨੁਕਸਾਨ ਪੁਚਾ ਕੇ ਔਰ ਆਪਣਾ ਭਲਾ ਕਰ ਲਈਏ ਔਰ ਸਾਡਾ ਭਲਾ ਹੀ ਰਹੇਗਾ ਨਹੀਂ ਅਸਾ ਨਹੀਂ ਹੁੰਦਾ ਇੱਕ ਸਰਕਲ ਹੈ ਰੀਸਾਈਕਲਿੰਗ ਹੈ ਔਰ ਇਹਦੇ ਵਿੱਚੋਂ ਸਾਰਿਆਂ ਨੂੰ ਹੀ ਗੁਜ਼ਰਨਾ ਪੈਂਦਾ ਇੱਕ ਦੁਨੀਆ ਦੇ ਨਿظام ਨੂੰ ਸਿਸਟਮ ਨੂੰ ਪੂਰੇ ਯੂਨੀਵਰਸ ਨੂੰ ਇਹ ਉਹ ਦਿੱ ਚਲਟ ਰਿਹਾ। ਕੁਲ ਜਹਾਨ ਬੰਦੇ ਦਾ ਅੰਦਰ ਹੁੰਦਾ ਹੈ, ਬੰਦੇ ਦਾ ਆਪਣਾ ਆਪ ਹੁੰਦਾ ਹੈ ਔਰ ਉਹਦੇ ਵਿੱਚ ਜਿੰਨਾ ਚਿਰ ਤਬਦੀਲੀ ਨਹੀਂ ਆਂਦੀ, ਤੁਹਾਡੇ ਆਲ ਦਵਾਲ ਬਿਲਕੁਲ ਵੀ ਤਬਦੀਲੀ ਨਹੀਂ ਆ ਸਕਦੀ। ਗੱਲਾਂ ਕਰਨੀਆਂ ਅਸੀਂ ਛੱਡ ਦੀਏ, ਅਮਲ ਵੱਲ ਧਿਆਨ ਕਰੀਏ। ਕਿਉਂਕਿ ਅਮਲ ਦੇ ਨਾਲ ਹੀ ਸਾਰੇ ਮਾਮਲੇ ਹੱਲ ਹੋ ਸਕਦੇ ਨੇ। ਅਮਲ ਦੇ ਨਾਲ ਹੀ ਸਾਡੀ ਜ਼ਿੰਦਗੀ ਜੰਨਤ ਬਣ ਸਕਦੀ ਏ, ਜਿਹਨੂੰ ਅਸੀਂ ਆਪਣੇ ਅਮਲਾਂ ਨਾਲ ਹੀ ਜਹਨਮ ਬਣਾਇਆ ਹੋਇਆ। ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਕੁਝ ਮਾਰਾ ਲੱਗਾ ਹੋਵੇ ਕੁਝ ਪੁਰਾ ਲੱਗਾ ਹੋਵੇ ਤੇ ਉਹਦੀ ਜਨਾਬ ਹੱਥ ਜੋੜ ਕੇ ਮਾਫੀ ਜਿੰਨੀਆਂ ਚੰਗੀਆਂ ਔਰ ਸੋਹਣੀਆਂ ਗੱਲਾਂ ਹੋਈਆਂ ਤੁਹਾਡੇ ਵੱਲੋਂ ਪ੍ਰੋਗਰਾਮ ਦਾ ਸ਼ਿੰਗਾਰ ਤੁਸੀਂ ਹੋ ਪਹਾਰ ਤੁਸੀਂ ਹੋ ਜਿਉਂਦੇ ਰਹਿਓ ਸਲਾਮਤ ਰਹੋ ਇਹ ਹਾਸ ਨਾਲ ਲਜਾਸ ਨਾਲ ਕਿਸਾਵਾ ਕੀਤੀ ਵਫਾ ਰਵੇਗਾ ਸਾਥ ਤੁਹਾਡਾ ਤੇ ਮੇਰਾ ਉਦੋਂ ਤੱਕ ਕਰ ਕਹੇ ਹੁਸੈਨ ਫਕੀਰ ਨਿਮਾਣਾ ਸੂਹੇ ਸਾਡੇ ਕਪੜੇ ਪਿਆਰ ਪ੍ਰੀਤ ਸਨੇਹਾਂ ਸਾਡਾ ਜਿੱਥੋਂ ਦੇ ਕਪੜੇ ਰੱਬ ਰੱਖਾ